ਵਤਨ ਦੀ ਖਾਤਰ ਦੇਸ਼ ਪ੍ਰੇਮੀ ਸੂਲੀ ਉੱਤੇ ਚੜ੍ਹਦੇ ਨੇ, ਦੇਸ਼ ਆਜ਼ਾਦੀ ਦੀ ਖਾਤਰ ਹੀਰੇ ਤੋਪਾਂ ਖੜ੍ਹਦੇ ਨੇ, ਗਊ ਗਰੀਬ ਦੀ ਰੱਖਿਆ ਖਾਤਰ ਪਰਦੇਸੀ ਡੇਰੇ ਲਾਉਂਦੇ ਨੇ। ਸਾਧ ਸੰਗਤ ਜੀ, ਅੱਜ ਅਸੀਂ ਜਿਹੜੀ ਅਗਲੀਆਂ ਤੁਖਾਂ ਨੇ ਉਹ ਇਹ ਨੇ, ਯਾਦ ਉਹਨਾਂ ਦੀ ਤਾਜ਼ਾ ਰੱਖਦੇ ਸਿੱਖ ਥਾਂ ਥਾਂ ਮੇਲੇ ਲਾਉਂਦੇ ਨੇ। ਅੱਜ ਅਸੀਂ ਉਹਨਾਂ ਤਿੰਨ ਸ਼ਹੀਦਾਂ ਦੀ ਯਾਦ ਵਿੱਚ, ਸੰਤ ਮੰਗਲ ਸਿੰਘ, ਗੁਰਮੁਖ ਸਿੰਘ ਅਤੇ ਸੰਤ ਮਸਤਾਨ ਸਿੰਘ ਦੀ ਯਾਦ ਵਿੱਚ ਇੱਥੇ ਇਕੱਤਰਿਤ ਹੋਏ ਹਾਂ। ਆਪ ਜੀ ਨੇ ਅੰਮ੍ਰਿਤ ਵੇਲੇ ਤੁਆਸਾ ਜੀ ਦੀ ਵਾਰ ਦਾ ਕੀਰਤਨ ਸਰਵਨ ਕੀਤਾ, ਹਵਨ ਯੱਗ ਹੋਇਆ ਹੈ। ਇੱਕ ਹਵਨ ਯੱਗ ਤਾਜਪੁਰੇ ਹੋਇਆ ਸੀ ਜਦੋਂ ਸ਼ਹੀਦਾਂ ਨੇ ਇਸ ਰਾਏਕੋਟ ਦੀ ਧਰਤੀ 'ਤੇ ਉੱਚਰਖਾਨੇ 'ਤੇ ਹਮਲਾ ਕੀਤਾ ਕਰਨਾ ਸੀ, ਉਹ ਵੀ ਉਦੋਂ ਹਮਨ ਕਰਕੇ ਆਏ ਸਨ। ਜਿਸ ਜਗ੍ਹਾ 'ਤੇ ਅਸੀਂ ਬੈਠੇ ਹਾਂ, ਰਿਕਾਰਡ ਦੇ ਮੁਤਾਬਕ ਇਹ ਜਗ੍ਹਾ ਦਾ ਨਾਂ ਹੈ ਕੂਕਾ ਫਾਈ। ਕੂਕਾ ਫਾਈ ਦਾ ਮਤਲਬ ਹੁੰਦਾ ਉਹ ਜਗ੍ਹਾ ਜਿੱਥੇ ਕੂਕਿਆਂ ਨੂੰ ਫਾਂਸੀ ਦਿੱਤੀ ਗਈ। ਇਹ ਜਗ੍ਹਾ ਲੈਣ ਪਿੱਛੇ ਉਸ ਮੀਟਿੰਗ 'ਚ ਮੈਂ ਵੀ ਸਾਂ, ਸਾਨੂੰ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਸੰਤ ਸੁਰਿੰਦਰ ਸਿੰਘ ਜੀ ਨਾਮਧਾਰੀ ਪੰਥ ਦੇ ਨੁਮਾਇੰਦੇ ਸਨ ਅਤੇ ਮੈਂ ਵੀ ਉਸ ਮੀਟਿੰਗ 'ਚ ਸ਼ਾਮਿਲ ਸਾਂ। ਉੱਥੇ ਗੱਲ ਚੱਲੀ ਜ਼ਮੀਨਾਂ ਦੀ ਜੀ, ਜ਼ਮੀਨ ਬਾਦਲ ਜੀ ਕਹਿਣ ਲੱਗੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਤਾਂ ਸਨ ਹੀ, ਪਰ ਸਾਧੂ ਜਗਜੀਤ ਸਿੰਘ ਦੇ ਅਨੰਮ ਸੇਵਕ ਵੀ ਸਨ। ਇਹ ਗੱਲ ਅਸੀਂ ਮੁਨਕਰ ਨਹੀਂ ਇਸ ਗੱਲ ਤੋਂ ਹੋ ਸਕਦੇ, ਬਾਹਰੀ ਵਖਰੇਵੇ ਹੋਣਗੇ ਪਰ ਅੰਤਰੀ ਵਖਰੇਵੇ ਕੋਈ ਨਹੀਂ ਸਨ। ਕਹਿਣਗੇ ਨਾਮਧਾਰੀਆਂ ਕੋਲ ਤਾਂ ਬਹੁਤ ਪੈਸਾ ਹੈ, ਪੈਸੇ ਦੀ ਗੱਲ ਕੀ ਹੈ, ਤੁਸੀਂ ਜਿੰਨੀਆਂ ਮਰਜ਼ੀ ਜ਼ਮੀਨਾਂ ਖਰੀਦ ਲਓ, ਇਹ ਕਰ ਲਓ, ਬੜੇ ਲੰਬੀਆਂ ਗੱਲੀਆਂ। ਤਾਂ ਸੰਤ ਸੁਰਿੰਦਰ ਸਿੰਘ ਜੀ ਕਹਿਣ ਲੱਗੇ ਕਿ ਪਹਿਲੀ ਸਰਕਾਰ ਨੇ, ਕਾਂਗਰਸ ਸਰਕਾਰ ਸੀ ਜਦੋਂ, ਉਹਨਾਂ ਨੇ ਸਾਰੀਆਂ ਜ਼ਮੀਨਾਂ 1 ਰੁਪਏ 'ਚ ਦਿੱਤੀਆਂ ਨੇ, ਜ਼ਮੀਨ ਦੇ ਪੈਸੇ ਤਾਂ ਅਸੀਂ ਦੇ ਦਿਆਂਗੇ। ਹੁਣ ਤੁਸੀਂ ਸੋਚ ਲਓ ਕਿ ਤੁਸੀਂ ਪੈਸੇ ਨਾਲ ਜ਼ਮੀਨ ਦੇਣੀ ਹੈ ਕਿ ਫ੍ਰੀ 'ਚ ਦੇਣੀ ਹੈ ਜ਼ਮੀਨ। ਬਾਦਲ ਸਾਹਮਣੇ ਨਹੀਂ 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 ਨਹੀਂ, ਅਸੀਂ ਇਹ ਜ਼ਮੀਨ ਵੀ ਫ੍ਰੀ ਦੇਵਾਂਗੇ। ਹਾਜ਼ਰਾਜ ਨੂੰ ਸਾਧੂ ਜੀ ਨੇ ਅੱਜ ਦੀ ਇਹ ਮੁਹਾਰ ਬਣਾਉਣ ਵਾਸਤੇ ਲੱਖਾਂ ਰੁਪਏ ਵੀ ਦਿੱਤੇ, ਇਹ ਜ਼ਮੀਨ ਵੀ ਸਾਂਭੀ ਗਈ। ਜਦੋਂ ਅੰਮ੍ਰਿਤਸਰ ਦੀ ਜ਼ਮੀਨ ਮਿਲੀ ਤਾਂ ਸਾਧੂ ਸੱਚੇ ਪਾਤਸ਼ਾਹ ਜੀ ਦੇ ਮੈਂ ਦਰਸ਼ਨ ਕਰਨ ਲਈ ਗਿਆ ਭੈਣ ਸਾਹਿਬ, ਤਾਂ ਸੰਤ ਸੁਰਿੰਦਰ ਸਿੰਘ ਜੀ ਉਦੋਂ ਅੰਮ੍ਰਿਤਸਰ ਸਨ। ਜਦੋਂ ਅੰਮ੍ਰਿਤਸਰ ਸਨ ਤਾਂ ਉਹ ਜ਼ਮੀਨ ਦਾ ਇਹਦੇ ਪੇਪਰ ਬਣੇ ਨਹੀਂ ਸੀ ਅਤੇ ਚਾਰ ਦੀਵਾਰੀ ਕਰਨੀ ਸੀ ਅਤੇ ਨਿਹੰਗ ਸਿੰਘ ਅਤੇ ਹੋਰ ਲੋਕ ਪੱਥਰ ਮਾਰ ਰਹੇ ਸਨ ਅਤੇ ਸੰਤ ਜੀ ਅੜੇ ਹੋਏ ਸੀ ਇਕੱਲੇ ਉੱਥੇ। ਸੱਚੇ ਪਾਤਸ਼ਾਹ ਜੀ ਕਹਿੰਦੇ ਅਜੀਤ ਸਿੰਘ, ਅਜੀਤ ਕਹਿੰਦੇ ਸਨ, ਮੈਨੂੰ ਸਿੰਘ ਨਹੀਂ ਸੀ ਲਾਉਂਦੇ, ਮੈਂ ਗਲਤੀ ਕਰ ਰਿਹਾ ਸੱਚ ਪਾਤਸ਼ਾਹ। ਤੈਨੂੰ ਪਤਾ ਸੁਰਿੰਦਰ ਸਿੰਘ ਉੱਥੇ ਭੈਣੀ ਸਾਹਿਬ ਅੰਮ੍ਰਿਤਸਰ, ਉਹ ਮੇਰਾ ਜਿੰਦਾ ਸ਼ਹੀਦ ਹੈ। ਅੱਜ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਹਾਂ, ਸਾਨੂੰ ਸੱਚੇ ਪਾਤਸ਼ਾਹ ਜੀ ਨੂੰ ਪਾਰ ਦਿਨ ਤੋਂ ਨਿਕਲਿਆ ਕਿ ਸੁਰਿੰਦਰ ਸਿੰਘ ਮੇਰਾ ਜਿੰਦਾ ਸ਼ਹੀਦ ਹੈ। ਉਹ ਇਕੱਲਾ ਹੀ ਡਟਿਆ ਆ, ਪੱਥਰ ਵੱਧਦੇ ਪਏ ਨੇ ਅਤੇ ਪਰ ਉਹ ਸ਼ਹੀਦੀ ਜਗ੍ਹਾ ਨੂੰ ਸੰਭਾਲ ਰਹੇ ਆ। ਕਰਮ ਆਪੋ ਆਪਣਾ, ਫਲ ਕਿਹਨੂੰ ਮਿਲਣਾ, ਕਿਹਦੇ ਰਾਹੀਂ ਸੇਵਾ ਨਿਪੁੰਨਤਾ ਹੋਣੀ ਹੈ। ਪਰ ਸ਼ਹੀਦਾਂ ਦੀ ਇਹ ਜਗ੍ਹਾ, ਹਾਜ਼ਰਾ ਜੀ ਸਾਧੂ ਜੀ ਵੀ ਬਚਨ ਕਰਦੇ ਨੇ, ਜਿੰਨੇ ਸ਼ਹੀਦੀ ਸਮਾਰਕ ਨੇ ਇਹਨੂੰ ਬਣਾਉਣ ਵਿੱਚ ਸਾਰਿਆਂ ਦਾ ਯੋਗਦਾਨ ਹੈ, ਪਰ ਸੰਤ ਸੁਰਿੰਦਰ ਸਿੰਘ ਦਾ ਯੋਗਦਾਨ ਵੀ ਇੱਕ ਨਿਵੇਕਲਾ ਹੈ। ਸਾਧੂ ਜੀ ਬਚਨ ਕਰਦੇ ਨੇ, ਨੀਂਹ ਦੀਆਂ ਇੱਟਾਂ ਨਜ਼ਰ ਨਹੀਂ ਆਉਂਦੀਆਂ, ਪਰ ਉਹਨਾਂ ਤੋਂ ਬਿਨਾਂ, ਨੀਂਹਾਂ ਤੋਂ ਬਿਨਾਂ ਮਹਿਲ ਨਹੀਂ ਉਸਰਦੇ। ਸ਼ਹੀਦਾਂ ਨੇ ਇਸ ਜ਼ਮੀਨ ਨੂੰ ਪਵਿੱਤਰ ਕੀਤਾ, ਸਾਧੂ ਸੱਚੇ ਪਾਤਸ਼ਾਹ ਨੇ ਆਪਣੀ ਘਰ ਕਿਰਪਾ ਦੇ ਨਾਲ, ਕਾਮਲ ਕਿਰਪਾ ਦੇ ਨਾਲ ਸੰਤ ਸੁਰਿੰਦਰ ਸਿੰਘ ਜੀ ਨੂੰ ਬਲਬੁਦੀ ਬਖਸ਼ੀ ਅਤੇ ਉਹਨਾਂ ਨੇ ਇਹ ਸਾਰੇ ਸਥਾਨ ਜੋ ਨੇ ਉਹਨਾਂ ਦੇ ਪਿੱਛੋਂ ਸਮਾਰਕ ਬਣਾਉਣ ਲਈ
ਕਈ ਸੱਜਣ ਆ ਗਏ। ਗਿਆਨ ਜੀ ਜੀ ਨੇ ਬੜਾ ਲੰਮਾ ਸਮਾਂ ਮਲੇਰਕੋਟਲੇ ਸੇਵਾ ਕੀਤੀ, ਹੁਣ ਲੁਧਿਆਣੇ ਕਰਦੇ ਨੇ। ਸਾਡੇ ਖਜ਼ਾਨਾ ਮੰਤਰੀ ਮਲੇਰਕੋਟਲੇ ਵਾਸਤੇ ਸਨ, ਸੂਬਾ ਹਰਭਜਨ ਸਿੰਘ ਜੀ ਬੜੇ ਰਹੇ। ਇੱਕ ਦਿਨ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਗੱਲ ਛੋਟੀ ਜਿਹੀ ਹੁੰਦੀ ਹੈ ਪਰ ਅਰਥ ਬੜੇ ਵੱਡੇ ਹੁੰਦੇ ਨੇ। ਮਲੇਰਕੋਟਲਾ ਭਾਜਿਆ ਸੀ ਬੜੇ ਹਿਸਾਬ ਦਾ, ਆਰਾਮ ਨਾਲ ਅਸੀਂ ਚਲਾ ਰਹੇ ਸਨ। ਮੈਂ ਤੇ ਸੰਤ ਸੁਰਿੰਦਰ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦਿੱਤੇ ਅਤੇ ਕਹਿਣ ਲੱਗੇ ਮਾਇਆ ਕਿੱਥੋਂ ਆਉਂਦੀ ਹੈ, ਓਵਰ ਡਰਾਫਟ ਚੱਲਦਾ। ਪਸੋ ਰਸਨਾ ਤੋਂ ਬਚਨ ਨਿਕਲ ਗਿਆ। ਉਸ ਦਿਨ ਤੋਂ ਬਾਅਦ ਓਵਰ ਡਰਾਫਟ ਦੇ ਨਾਲ ਹੀ ਮਾਇਆ ਫੜ ਫੜ ਕੇ ਹੀ ਮਲੇਰਕੋਟਲਾ ਬਣ ਗਿਆ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਨੇ। ਸਾਰੇ ਜਥੇਦਾਰ ਸਾਹਿਬਾਨ ਦਾ, ਕਵੀ ਸੱਜਣਾਂ ਦਾ, ਗੁਰਸੇਵਕ ਸਿੰਘ ਜੀ ਗੁਰਟੋਏ ਤੋਂ ਕਮਿਸ਼ਨ ਜੱਥਾ ਆਇਆ, ਵੀਰੋ ਕੋ ਜੀ ਨੇ ਆਪਣੇ ਪਿਤਾ ਜੀ ਦੀ ਯਾਦ ਵੀ ਸਾਨੂੰ ਯਾਦ ਕਰਾ ਦਿੱਤੀ, ਪ੍ਰੋਫੈਸਰ ਸਾਹਿਬ ਨੇ ਗੀਤ ਗਾਇਆ, ਹੋਰ ਸੱਜਣਾਂ ਨੇ ਆਪੋ ਆਪਣੇ ਢੰਗ ਨਾਲ ਸ਼ਰਧਾਂਜਲੀਆਂ ਦਿੱਤੀਆਂ। ਗੁਰੂ ਲਾਲ ਜੀ ਸੱਚੇ ਲਾਲ ਨੇ, ਉਹਨਾਂ ਦੇ ਜੋ ਤੁਸੀਂ ਗਿਆਨਮਈ ਸ਼ਬਦ ਸੁਣੇ ਨੇ ਉਹਨਾਂ ਦਾ ਇੱਕ ਅੱਧਾ ਅੱਖਰ ਤੁਸੀਂ ਯਾਦ ਰੱਖੋਗੇ, ਤੁਹਾਨੂੰ ਇਤਿਹਾਸ ਅੱਗੋਂ ਪੜ੍ਹਨ ਦੀ ਸੇਧ ਮਿਲੇਗੀ। ਉਹਨਾਂ ਸਾਰਿਆਂ ਸੱਜਣਾਂ ਦਾ ਧੰਨਵਾਦ, ਉਹਨਾਂ ਸਾਰਿਆਂ ਸੱਜਣਾਂ ਦਾ, ਲਾਂਗਰੀਆਂ ਦਾ ਧੰਨਵਾਦ ਜਿਹੜੇ ਸਵੇਰ ਤੋਂ ਉੱਠ ਕੇ ਲੰਗਰ ਤਿਆਰ ਕਰ ਰਹੇ ਨੇ। ਉਹਨਾਂ ਨੂੰ ਇੱਥੇ ਸਟੇਜ 'ਤੇ ਬੈਠਣ ਦਾ ਸ਼ੌਂਕ ਨਹੀਂ, ਉਹਨੂੰ ਸੰਗਤ ਵਿੱਚ ਬੈਠ ਕੇ ਜਥੇਦਾਰਾਂ ਦਾ ਦੀਵਾਨ ਸੁਣਨ ਦਾ ਸ਼ੌਂਕ ਨਹੀਂ, ਤੁਹਾਡਾ ਪੇਟ ਭਰਨ ਵਾਸਤੇ, ਤੁਹਾਡੀ ਭੁੱਖ ਮਿਟਾਉਣ ਵਾਸਤੇ, ਤੁਹਾਡੀ ਗਰਮੀ ਦੂਰ ਕਰਨ ਵਾਸਤੇ ਪ੍ਰਸ਼ਾਦ ਪਾਣੀ ਤਿਆਰ ਕਰਦੇ ਨੇ। ਉਹਨਾਂ ਸਾਰਿਆਂ ਦਾ ਧੰਨਵਾਦ। ਇੱਥੋਂ ਦੀ ਸਥਾਨਕ ਸੰਗਤ ਰਾਏਕੋਟ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਹਮਣੇ ਸੰਤ ਹਰਚੰਦ ਸਿੰਘ ਅਤੇ ਕਰਮ ਸਿੰਘ ਜੀ ਬੈਠੇ ਨੇ। ਸਾਧੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਹੀ ਚੱਲਦਾ ਹੈ ਕਿ ਮੈਨੂੰ ਸਾਧੂ ਸੱਚੇ ਪਾਤਸ਼ਾਹ ਜੀ, ਸਾਧੂ ਪ੍ਰਤਾਪ ਸਿੰਘ ਜੀ ਮੰਡੀ ਸਨ, ਅਤੇ ਮੈਨੂੰ ਸੁਨੇਹਾ ਆਇਆ ਕਿ ਰਾਏਕੋਟ ਦੇ ਸ਼ਹੀਦਾਂ ਦਾ ਮੇਲਾ ਮਨਾਇਆ ਜਾ ਰਿਹਾ। ਸਾਧੂ ਸੱਚੇ ਪਾਤਸ਼ਾਹ ਨੇ ਮੇਲਾ ਕੀਤਾ, ਲੰਬੇ ਸਮੇਂ ਬੜੀ ਕਹਾਣੀਆਂ ਨੇ ਸੈਕਲਾਂ ਦੇ, ਕਿਵੇਂ ਇੱਕ ਰੁਪਇਆ ਇਕੱਠਾ ਕਰਦੇ ਸਨ ਸਾਰੇ ਜਾਣੇ। ਸੂਬਾ ਜੀ ਸਨ, ਜਸਵੀਰ ਸਿੰਘ ਜਥੇਦਾਰ ਜੀ ਅਜੇ ਆਏ ਨਹੀਂ ਸਨ, ਸੁਰਿੰਦਰ ਸਿੰਘ ਜੀ ਬੈਠੇ ਨੇ, ਮਸਤਾਨਾ ਜੀ ਸਨ, ਹਰਚੰਦ ਜੀ ਦੀ ਭੈਣ ਜਿਸ ਉਹਨਾਂ ਦੇ ਘਰ ਸਾਰੀ ਸੰਤ ਸਿੰਘ ਦਾ ਡੇਰਾ ਹੁੰਦਾ ਸੀ, ਸਭ ਨੇ ਗੁਰਦੁਆਰਾ ਹੁੰਦਾ ਸੀ, ਉੱਥੇ ਅਸੀਂ ਇਹ ਮੇਲੇ ਕਰਦੇ ਰਹੇ। ਚਿਕੜਾ ਚੋਂ ਲੰਘ ਲੰਘ ਕੇ ਉਹ ਸਾਰੇ ਕੰਮ ਹੋ ਗਏ। ਹਰ ਸ਼ਬਦ ਸੱਚੇ ਪਾਤਸ਼ਾਹ ਨੇ ਜਗ੍ਹਾ ਬਖਸ਼ੀਆਂ ਨੇ। ਸਾਧੂ ਰਾਮ ਸਿੰਘ ਜੀ ਦੀ ਇੱਕ ਗੱਲ ਸਾਰੇ ਯਾਦ ਰੱਖਣਾ, ਇਹ ਸ਼ਹੀਦ ਕੋਈ ਵੀ ਹੋ ਸਕਦਾ, ਪਰ ਉਹ ਸ਼ਹੀਦ ਹੁੰਦਾ ਜਿਹਨੂੰ ਪਤਾ ਲੱਗੇ ਮਰਨ ਤੋਂ ਬਾਅਦ ਮੈਨੂੰ ਜੀਵਨ ਨਾਲੋਂ ਚੰਗਾ ਸਥਾਨ ਮਿਲਣਾ ਹੈ। ਆਪਾਂ ਹਰ ਬੰਦਾ ਚੰਗੀ ਕਾਮਨਾ ਕਰਦਾ, ਸਾਧੂ ਰਾਮ ਸਿੰਘ ਨੇ ਸਾਡੇ ਸਿੱਖਾਂ ਦੇ ਮਨ ਆਜ਼ਾਦ ਕਰਤੇ। ਜਦੋਂ ਬੰਦਾ ਮਨ ਆਜ਼ਾਦ ਹੋ ਜਾਵੇ ਉਹਨੂੰ ਮੌਤ ਦਾ ਖੌਫ ਖਤਮ ਹੋ ਜਾਂਦਾ। ਸਾਧੂ ਰਾਮ ਸਿੰਘ ਨੇ ਖੌਫ ਖਤਮ ਕੀਤਾ, ਜਿਸ ਦੇ ਕਰਕੇ ਸਿੱਖਾਂ ਦੇ ਆਤਮਾ ਇੰਨੀਆਂ ਉੱਚੀਆਂ ਹੋ ਗਈਆਂ, ਨਾ ਤੋਪ ਦੇ ਗੋਲੇ, ਨਾ ਫਾਂਸੀ ਦੇ ਰੱਸੇ, ਨਾ ਜੇਲ੍ਹ ਯਾਤਨਾਵਾਂ, ਨਾ ਸਮੁੰਦਰ ਦੇ ਵਿੱਚ ਡੋਬ ਡੋਬ ਕੇ ਮਾਰ ਦਿੱਤਾ, ਉਹ ਤਕਲੀਫ ਨਹੀਂ ਦਿੱਤੀ। ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਕਰਦਾ, ਤੁਹਾਡੀ ਸਾਰੀ ਸਾਹ ਸੰਗਤ, ਪੱਖੇ ਵੀ ਲੰਬੇ ਸਮੇਂ ਤੋਂ ਬੰਦ ਸਨ, ਬਿਜਲੀ ਵੀ ਜਵਾਬ ਦੇ ਗਈ, ਸਮਾਂ ਵੀ ਬਹੁਤ ਹੋ ਗਿਆ, ਪਰ ਤੁਸੀਂ ਸਾਰਿਆਂ ਨੂੰ ਸਾਡਾ ਸਹਿਯੋਗ ਦਿੱਤਾ, ਸਾਰਿਆਂ ਪ੍ਰਬੰਧਕਾਂ ਦਾ ਵੱਲੋਂ, ਸਾਰੀ ਸਾਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।